ਹਾਂਜੀ ਸਵਾਗਤ ਹੈ ਤੁਹਾਡਾ ਅਖਤਰਾ ਐਲਐਸਆਈਕੇ YouTube ਚੈਨਲ ਤੇ ਜਿੱਥੇ ਤੁਸੀਂ ਬਹੁਤ ਕੁਝ ਪੰਜਾਬੀ ਦੇ ਵਿੱਚ ਸਿੱਖ ਸਕਦੇ ਹੋ ਇਹ ਵੀਡੀਓ ਹੈ ਜੀ ਫਰਵਰੀ ਤੇ ਮਾਰਚ ਜੇ ਤੁਸੀਂ ਜਿਹੜੀਆਂ ਸਬਜ਼ੀਆਂ ਲਾਉਣੀਆਂ ਨੇ ਉਹਨਾਂ ਬਾਰੇ ਹੈ ਅੱਪਾ ਪਿਛਲੇ ਸਾਲ ਵੀ ਬਹੁਤ ਸਾਰੀਆਂ ਵੀਡੀਓ ਪਾਈਆਂ ਸੀ ਵੀ ਆਹ ਸਬਜ਼ੀ ਲਾਓ ਤੇ ਬਹੁਤ ਸਾਰੇ ਵੀਰਾਂ ਨੇ ਆਪਾਂ ਨੂੰ ਫੋਲੋ ਕੀਤਾ ਜੋ ਸਬਜ਼ੀਆਂ ਲਵਾਈਆਂ ਨਾਲ ਤਾਂ ਘਰ ਦੀ ਸਬਜ਼ੀ ਹੋ ਜਾਂਦੀ ਹੈ ਠੀਕ ਹੈ ਖਰਚਾ ਦਾ ਬਜਣੀ ਬਜਣਾ ਆਰਗੈਨਿਕ ਸਬਜ਼ੀ ਹੁੰਦੀ ਹੈਗੀ ਤੇ ਜਿਹੜੀ ਆਪਾਂ ਮੁੱਲ ਦੀ ਸਬਜ਼ੀ ਲੈਨੇ ਉਹ ਬੇਹੀ ਵੀ ਹੁੰਦੀ ਹੈ ਕਈ ਕਈ ਦਿਨਾਂ ਦੀ ਮੰਡੀਆਂ ਚੋਂ ਆਉਂਦੀ ਆਉਂਦੀ ਤੇ ਬਾਕੀ ਉਹਦੇ ਵਿੱਚ ਰੇਹਾਂ ਸਪਰੇਹਾਂ ਦਾ ਵੀ ਇਸਤੇਮਾਲ ਕੀਤਾ ਹੁੰਦਾ ਜਦੋਂ ਕਿ ਆਪਣੀ ਦੇਖ ਰਹਿ ਚ ਜਿਹੜੀ ਆਪਾਂ ਸਬਜੀ ਹੈ ਬਿਨਾਂ ਰੇਹ ਸਪਰੇਅ ਵਾਲੀ ਉਹ ਜਰੂਰ ਖਾਓ ਤੇ ਆਪਣੇ ਜੋਗੀ ਸਬਜੀ ਤੁਸੀਂ ਲਾ ਸਕਦੇ ਹੋਗੇ ਆਮੀ ਹੋ ਜਾਂਦੀ ਹੈ ਪਹਿਲੀ ਤਾਂ ਇਹ ਹੈ ਸਾਗ ਹੈਗਾ ਦੋ ਤਰ੍ਹਾਂ ਦਾ ਲਾਲ ਤੇ ਹਰਾ ਗ੍ਰੀਨ ਚ ਲਈ ਇਹਨੂੰ ਕਹਿੰਦੇ ਇੱਕ ਨੂੰ ਰੈੱਡ ਚ ਲਈ ਕਹਿੰਦੇ ਆ ਇਹ ਤੁਸੀਂ ਲਾ ਸਕਦੇ ਹੋ ਫਰਵਰੀ ਦੇ ਲਾਸਟ ਤੋਂ ਲੈ ਕੇ ਮਾਰਚ ਤੱਕ ਇਹਦੀ ਅਗੇਤੀ ਫਸਲ ਹੈ ਇਹ ਤੇ ਵੈਸੇ ਤਾਂ ਸਹੀ ਟਾਈਮ ਜਿਹੜਾ ਉਹ ਮਈ ਤੋਂ ਲੈ ਕੇ ਹੈਗਾ ਤੇ ਇਹ ਲਗਭਗ ਨਵੰਬਰ ਤੱਕ ਰਹਿੰਦਾ ਹੈਗਾ ਫਰਵਰੀ ਤੋਂ ਨਵੰਬਰ ਤੱਕ ਤੁਸੀਂ ਇਹਨੂੰ ਲਗਾ ਸਕਦੇ ਹੋਗੇ ਇਹਦੀ ਸਬਜੀ ਜਿਹੜੀ ਬਹੁਤ ਵਧੀਆ ਬਣਦੀ ਹੈ ਤੇ ਇਹਦੇ ਬਹੁਤ سارے ਫਾਇਦੇ ਵੀ ਨੇ ਤੇ ਇਸ ਲਈ ਤੁਸੀਂ ਸਾਗ ਦੋਨੇ ਤਰ੍ਹਾਂ ਦਾ ਲਗਾ ਸਕਦੇ ਹੋਗੇ ਉਸ ਤੋਂ ਬਾਅਦ ਅਗਲਾ ਆ ਗਿਆ ਜੀ ਤੋਰੀ ਬਾਕੀ ਇਹ ਚੀਜ਼ਾਂ ਦੇ ਬੀਜ ਵੀ ਤੁਸੀਂ ਰੱਖ ਸਕਦੇ ਜਿਵੇਂ ਆ ਤੋਰੀ ਐ ਸੁੱਕੀ ਹੋਈ ਤੋਰੀ ਬੀਆਂ ਦੀ ਭਰੀ ਹੋਈ ਐ ਤੇ ਇਹਦੇ ਵਿੱਚੋਂ ਆਪਾਂ ਬੀ ਲਾ ਦੇਣੇ ਆ ਇਹਦਾ ਟਾਈਮ ਹੁਣੇ ਫਰਵਰੀ ਤੋਂ ਮਾਰਚ ਤੋਂ ਤੁਸੀਂ ਪਹਿਲਾ ਲਫਾਫੇਂ ਜਲਾ ਸਕਦੇ ਹੋ ਘਰੇ ਪ੍ਰਾਲੀ ਵਗੈਰਾ ਨਾਲ ਟੱਕ ਕੇ ਤੇ ਅੱਗੇ ਆਗੇ ਜੀ ਮਟਰ ਮਟਰਾਂ ਦੀ ਜਿਹੜੀ ਪਛੇਤੀ ਪਜਾਈ ਫਰਵਰੀ ਤੱਕ ਹੋ ਜਾਂਦੀ ਹੈਗੀ ਫਰਵਰੀ ਤੁਸੀਂ ਤੇ ਜਨਵਰੀ ਦੇ ਐਂਡ ਤੱਕ ਇਹ ਤੁਸੀਂ ਲਾ ਸਕਦੇ ਹੋ ਤੇ ਇਹਨਾਂ ਦੀ ਪੈਸੇ ਗੇਤੀ ਫਸਲਾਂ ਪਹਿਲਾਂ ਲੱਗ ਚੁੱਕੀ ਹੈ ਤੇ ਪਛੇਤੀ ਤੁਸੀਂ ਫਰਵਰੀ ਦੇ ਪਹਿਲੇ ਹਫਤੇ ਹੀ ਲਾ ਸਕਦੇ ਹੋ ਅੱਗੇ ਆਗੇ ਜੀ ਗਮਾਰਾ ਤੇ ਇਹ ਵੀ ਤੁਸੀਂ ਲਾ ਸਕਦੇ ਹੋਗੇ ਗਮਾਰੇ ਦੀਆਂ ਫਲੀਆਂ ਜਿਹੜੀ ਕਿ ਸਬਜ਼ੀ ਬਹੁਤ ਲੋਕ ਚਾਹ ਨਾਲ ਖਾਂਦੇ ਨੇ ਤੇ ਇਹਨੂੰ ਤੁਸੀਂ ਫਰਵਰੀ ਦੇ ਲਾਸਟ ਜਾਂ ਮਾਰਚ ਦੇ ਸਾਰਾ ਮਹੀਨਾ ਪੂਰਾ ਕਦੋਂ ਵੀ ਲਗਾ ਸਕਦੇ ਹੋ ਤੇ ਇਹ ਗੇਤਾ ਹੀ ਕਾਫੀ ਚੰਗਾ ਹੁੰਦਾ ਹੈਗਾ ਤੇ ਤੁਸੀਂ ਗੇਤੀ ਜਿਹੜੀ ਜਦੋਂ ਤੁਸੀਂ ਤੁਹਾਡੇ ਤੁਸੀਂ ਫਰਵਰੀ 'ਚ ਬੀਜ ਦਿਓਗੇ ਇੱਕ ਹੋ ਗਈ ਭਿੰਡੀ ਇਹ ਵੀ ਤੁਸੀਂ ਇਸ ਤਰ੍ਹਾਂ ਦੇਖੋ ਸੁਕਾ ਕੇ ਰੱਖਿਆ ਹੋऊंगा ਨੇ ਉਹੀ ਬੀਜ ਰਹਿ ਜਾਂਦਾ ਹੈਗਾ ਤੇ ਭਿੰਡੀ ਦਾ ਤੁਹਾਨੂੰ ਵੀ ਖਰੀਦਣ ਦੀ ਲੋੜ ਨਹੀਂ ਤੇ ਇਹ ਤੁਸੀਂ ਲਗਾ ਸਕਦੇ ਹੋਗੇ ਗਮਾਰਾ ਤੇ ਭਿੰਡੀ ਜੇਕਰ ਤੁਸੀਂ ਫਰਵਰੀ ਦੇ ਲਾਸਟ ਹਫਤੇ ਤੱਕ ਲਗਾਉਂਗੇ ਤਾਂ ਇਹ ਜਿਹੜਾ April ਦੇ ਵਿੱਚ April ਦੀ ਸ਼ੁਰੂਆਤ ਤੁਹਾਨੂੰ ਫਲ ਮਿਲਣਾ ਜਿਹੜਾ ਸ਼ੁਰੂ ਹੋ ਜਾਂਦਾ ਹੈਗਾ ਉਦੋਂ ਪਹਿਲੇ ਹੀ ਹੋ ਜਾਂਦਾ ਇੱਕ ਮਹੀਨੇ ਦੇ ਅੰਦਰ ਅੰਦਰ 40 ਦਿਨਾਂ ਤੋਂ ਤੇ ਇਹ ਤੁਹਾਨੂੰ ਫਲ ਮਿਲਣਾ ਸ਼ੁਰੂ ਹੋ ਜੂਗਾ ਤੇ ਉਦੋਂ ਭਿੰਡੀ ਦਾ ਤੇ ਫਲੀਆਂ ਦਾ ਰੇਟ 70-80 ਰੁਪਏ ਦੇ ਕਰੀਬ ਹੁੰਦਾ ਉਦੋਂ ਤੁਸੀਂ ਆਪਣੀ ਸਬਜ਼ੀ ਘਰ ਦੀ ਖਾ ਸਕਦੇ ਹੋ ਆਰਗੈਨਿਕ ਵੀ ਤੇ ਇੰਨੀ ਮਹਿੰਗੀ ਹੋਊਗੀ ਉਦੋਂ ਇਹ ਭਿੰਡੀ ਤੇ ਫਲੀਆਂ ਤੇ ਜਦੋਂ ਤੁਸੀਂ ਨਾਲੇ ਘਰ ਦੀ ਸਬਜ਼ੀ ਹੋ ਤਾਜੀ ਸਬਜ਼ੀ ਹੋਊਗੀ ਤੇ ਇੰਨੀ ਮਹਿੰਗੀ ਹੁੰਦੀ ਆ ਉਹ ਦੋ ਅਪ੍ਰੈਲ ਚ 70-80 ਰੁਪਏ ਉਸ ਤੋਂ ਬਾਅਦ ਆ ਗਿਆ ਅੱਲਾ ਜੀ ਅੱਲਾ ਵੀ 40-50 ਰੁਪਏ ਦੇ ਕਰੀਬ ਮਿਲਦੀਆਂ ਨੇ ਮਈ ਜੂਨ ਚ ਬਹੁਤ ਵਾਰ ਤਾਂ ਜੇ ਨਜ਼ਰ ਲੱਗਣ ਨਹੀਂ ਲੱਗਦੀਆਂ ਜੇਕਰ ਤੁਸੀਂ ਇਹਨੂੰ ਫਰਵਰੀ ਚ ਜਾਂ ਜਨਵਰੀ ਦੇ ਲਾਸਟ ਚ ਘਰੇ ਤੁਸੀਂ ਪ੍ਰਾਲੀ ਪਾ ਕੇ ਜਾਂ ਕੋਈ ਕਿਸੇ ਵੀ ਚੀਜ਼ ਨਾਲ ਢੱਕ ਕੇ ਲਫਾਫਿਆਂ ਦੇ ਵਿੱਚ ਲਾ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਖੇਤ ਚ ਜਾਂ ਘਰੇ ਜਿੱਥੇ ਵੀ ਤੁਸੀਂ ਲਾਉਣੀਆਂ ਆਪਦੀਆਂ ਜਦੋਂ ਇਹ ਕਾਫੀ ਵੱਡੇ ਹੋ ਜਾਣ 15-20 ਦਿਨਾਂ ਦੀ ਉਦੋਂ ਬਾਅਦ ਲਾ ਸਕਦੇ ਹੋ ਕੱਦੂ ਲਾ ਸਕਦੇ ਹੋ ਤੁਸੀਂ ਇਹ ਵੀ ਬਹੁਤ ਵਧੀਆ ਚੀਜ਼ ਹੈ ਅਗੇਤੇ ਲਾਉਂਗੇ ਇਹ ਅਗੇਤੇ ਹੀ ਹੋਣਗੇ ਤੇ ਸਾਰੀ ਗਰਮੀ ਉਸ ਤੋਂ ਬਾਅਦ ਲੱਗਦੀ ਨੇ ਇਹ ਪੂਰੇ 6 ਮਹੀਨੇ ਤੱਕ ਬਾਕੀ ਤੁਸੀਂ ਹੋਰ ਵੀ ਸਬਜ਼ੀਆਂ ਜਿਹੜੀਆਂ ਇਹ ਜਿਹੀਆਂ ਘਰੇ ਲਾਓ ਉਹ ਬਹੁਤ ਸਸਤੀਆਂ ਵੀ ਪੈਂਦੀਆਂ ਨੇ ਲਾਉਣ 'ਚ ਬਾਕੀ ਬਗੀਚੀ ਦਾ ਸ਼ੌਂਕ ਹੈ ਜਿਹੜਾ ਜ਼ਰੂਰ ਪਾ ਲਓ ਆਪਦੀ ਘਰ ਦੀ ਸਬਜ਼ੀ ਖਾਣ ਦਾ ਸ਼ੌਂਕ ਹੈ ਪਾ ਲਓ ਇਹ ਬਹੁਤ ਚੰਗਾ ਸ਼ੌਂਕ ਹੈ ਨਾਲ ਤਾਂ ਤੁਹਾਡੇ ਗੇਤੀ ਸਬਜੀ ਚੰਗੀ ਸਬਜੀ ਹੋ ਜੂ ਖਾਣ ਲਈ ਮੁੱਲ ਵੀ ਲੈਣੀ ਪੈਣੀ ਤੁਹਾਨੂੰ ਪੈਸੇ ਦੀ ਬਚਤ ਹੋਊਗੀ ਤੇ ਸਭ ਤੋਂ ਵੱਡੀ ਗੱਲ ਤੁਹਾਡੀ ਸਿਹਤ ਵੀ ਤੰਦਰੁਸਤ ਜੋ ਰਹੂਗੀ ਜਦੋਂ ਤੁਸੀਂ ਆਰਗੈਨਿਕ ਆਪਣੇ ਘਰ ਦੀ ਦੇਖ ਰੇਖ ਵਾਲੀ ਸਬਜੀ ਖਾਓਗੇ ਬਹੁਤ ਸਾਰੇ ਕਿਸਾਨ ਵੀ ਸਬਜੀ ਨਹੀਂ ਲਾਉਂਦੇ ਹਰ ਇੱਕ ਪਿੰਡ 'ਚ ਸਵੇਰੇ ਬੋਲੀ ਤੋਂ ਸਬਜੀ ਵਾਲੇ ਆਉਂਦੇ ਨੇ ਤੇ ਹਰ ਪਿੰਡ 'ਚ 10 10 20 20000 ਦੀ ਸਬਜੀ ਇੱਕ ਦਿਨ ਦੀ ਮੁੱਲ ਦੀ ਆਉਂਦੀ ਰਹਿੰਦੀ ਹੈਗੀ ਪਰ ਆਪਾਂ ਉਹ ਗਿਣਤੀ ਜ ਨਹੀਂ ਕਰਦੇ ਤੇ ਉਹ ਬੇਹੀ ਵੀ ਹੁੰਦੀ ਹੈ ਤੇ オーਰਗੇਨਿਕ ਵੀ ਨਹੀਂ ਹੁੰਦੀ ਜਿਹਦੇ کافی ਜਿਆਦੇ ਨੁਕਸਾਨ ਨੇ ਵੀਡੀਓ ਚੰਗੀ ਲੱਗੀ ਲਾਈਕ ਜਰੂਰ ਕਰੋ ਸ਼ੇਅਰ ਕਰੋ ਨਵੇਂ ਹੋ ਸਬਸਕ੍ਰਾਈਬ ਕਰੋ ਹੋਰ ਬਹੁਤ ਸਾਰੀਆਂ ਕੰਮ ਦੀਆਂ ਵੀਡੀਓ ਪਲੇਲਿਸਟ ਚ ਦੇਖੋ ਧੰਨਵਾਦ